सांझ पंजाब टीवी देखते समूह दर्शकों नूं राम सिंह कल्याण वालों प्यार भरी सत श्री अकाल। दोस्तों अक्सर ही आपां 1947 दीआं दर्द भरीआं कहानियां सुणदे आं। उस समय के गवाहां तों उस समय जो वरत्या दर्दनाक वरतारा वह आपां सुणदिआं ते रौंगटे खड़े हो जांदे आ। ते अज साडे नाल ने सरदार हरपाल सिंह, सरदार पाल सिंह साबका सरपंच पिंड कल्याण सिंह उजाड़ा अपने अखीं वेख्या। आओ आप अज इन्हां नाल गल्लबात करते हैं, भी इन्हां तों पुछदे हाँ भी उन्होंने उस समय किहो जिहा दर्दनाक मंजर जिहो किहो जिहा माहौल देखिया। सरपंच साहब तुहाडा पहलां धन्नवाद करते हाँ भी तुहाडा बचपन सी, बचपन मुसलमानां दे नाल लंघिया ते 1947 दी वंड समय तुहानूं किन्नी सुरत सी जी? मुसलमान मराए वेले हाँ जी हाँ मैं तो 17-18 साल दी आ। अच्छा जी, तो वह जदों 1947 की आजादी की गल चली जाती सी कि तुहानूं पहलां पता लग गया सी भी कोई वंड भी होगी मुल्क की? नहीं, कोई तुरत पता लग गया जमा तुरत जी ना जमा तुरत। तो जो मार मराई का माहौल चलिया ये भी बाहरों लोग आए मारन को पिंड ही आ समय फिर पिंड ने बंद ने मारा कुछ बाहरों काफल बने गल बनाई जाता कोई बंद नहीं आना। अच्छा जी, चुबरी से बस 17-18 साल की उम्र, बाबा तो कहता 18 साल की उम्र, तो बापू बेबे कहते 16 साल की उम्र। ठीक है जी। एक जी पाकिस्तान तो हम वीडियो आँदी है चक नंबर 249 ई भी बूरेवाला तो भी उतों हाजी मुहम्मद ਭੱਟੀ ਉੱਥੋਂ ਦੇ ਕੋਈ ਬਜ਼ੁਰਗ ਆ ਹੁਣ ਉਹ ਕਹਿੰਦੇ ਵੀ ਕਲਿਆਣ ਸੁੱਖੇ ਤੋਂ ਗਏ ਹੋਏ ਹਾਂ ਅਤੇ ਇਹ ਬਜ਼ੁਰਗੀ ਵੀ ਉਹਨਾਂ ਦੇ ਹਾਣੀ ਆ। ਇਹ ਆਪਾਂ ਉਸ ਸਮੇਂ ਨਿਕਨੇਮ ਦੱਸਦੇ ਪਿੰਡ ਦਾ ਯਾਕੂ, ਉਹ ਹਾਜੀ ਮੁਹੰਮਦ ਯਕੀਮ ਭੱਟੀ ਕਹਿੰਦੇ ਆ। ਅਤੇ ਉਹ ਆਪਾਂ ਇਹਨਾਂ ਦੋਨਾਂ ਬਾਰੇ ਜਾਣਦੇ ਹਾਂ ਵੀ ਜਿਹੜੇ ਮੁਸਲਮਾਨਾਂ ਦੇ ਪਰਿਵਾਰ ਸੀ ਉਹ ਆਪਣੇ ਪਿੰਡ ਕਿੰਨੇ ਕੁ ਸੀ ਜੀ ਇੱਥੇ? ਆਪਣੇ ਮੁਸਲਮਾਨ ਦੇ ਘਰ ਹਾਂ ਕਲਿਆਣ ਮਾਲ ਕਲਿਆਣ ਮਾਲਕੀ ਚ ਹਾਂ ਜੀ ਮੈਂ ਤੁਹਾਨੂੰ ਦੱਸਦਾ ਤਿੰਨ ਘਰ ਤਾਂ ਇੱਥੇ ਸੀਗੇ, ਦੋ ਤਾਂ ਮੋਚੀਆਂ ਦੇ ਸੀਗੇ ਹਾਂਜੀ, ਇੱਕ ਚਲਾਹਿਆਂ ਦਾ ਸੀਗਾ ਠੀਕ ਆ ਜੀ, ਇੱਕ ਤੇਲੀਆਂ ਦਾ ਸੀਗਾ ਠੀਕ ਆ ਜੀ, ਅਤੇ ਇੱਕ ਸੀਗਾ ਉਹ ਜਿਹੜਾ ਪੰਥ ਸਾਹਿਬ ਨਹੀਂ ਉਹ ਮੈਂ ਤੁਹਾਡਾ ਨਾਂ ਨਿਸ਼ਾ ਸੁਣਦਾ ਸੀ ਅਲੀ ਜਿਹੜਾ ਹੈਗਾ ਅਲੀ ਅਲੀ ਸਰ ਅਲੀ ਜਲਾਹਾ ਸੀਗਾ, ਅਲੀਆ ਉਹਦਾ ਨਾਂ ਅਲੀਆ ਸੀਗਾ, ਅਲੀਆ ਜਲਾਹਾ ਸੀ ਇੱਥੇ ਜੀ, ਇਹ ਮੁਸਲਮਾਨ ਹੋ ਠੀਕ ਆ ਜੀ, ਉਦੋਂ 2 ਮਿੰਟ ਤੱਕ ਘੁਲਦੇ ਸੀਗੇ ਬੜੇ ਤਕੜੇ ਮਲ ਸੀਗੇ ਹਾਂਜੀ। ਜਿਹੜੇ ਤੁਸੀਂ ਜਾਕੂ ਦੀ ਵੀਡੀਓ ਵੇਖ ਰਹੇ ਹੋ ਤੇ ਇਹਨਾਂ ਦਾ ਪਰਿਵਾਰ ਕਿਵੇਂ ਸੀ ਇੱਥੇ ਜੀ? ਇਹਨਾਂ ਦਾ ਪਰਿਵਾਰ ਜੀ ਮੈਂ ਤਾਂ ਅੰਦਰ ਬਾਹਰ ਸੀਗਾ ਠੀਕ ਆ ਜੀ, ਕੱਟ ਬਾਹਰ ਆਪਾਂ ਮੁਰਦਿਆਂ ਕੇ ਡਾਕਟਰ ਦੇ ਘਰ ਨੂੰ ਹਾਂਜੀ ਹਾਂ, ਇਧਰਲੇ ਪਾਸੇ ਘਰ ਸੀਗੇ ਜਿਹੜੇ, ਇਹ 3.5 ਘਰ ਮੁਸਲਮਾਨਾਂ ਦੇ ਸੀਗੇ। ਹੋਰ ਇਹਨਾਂ ਦੇ ਕੌਣ ਕੌਣ ਸੀ ਇੱਥੇ ਤੁਹਾਨੂੰ ਨਾਂ ਚੇਤੇ ਆ ਕੋਈ? 2 ਤਾਂ ਭਰਾ ਸੀ ਤੁਹਾਨੂੰ ਦੱਸਿਆ ਵੀ, ਖੈਰੂ ਅਤੇ ਵਾਰਸ, ਇੱਕ ਖੈਰੂ ਸੀ ਇੱਕ ਵਾਰਸ ਸੀ ਹਾਂ ਵਾਰਸ ਜੀ ਠੀਕ ਆ ਜੀ, ਅਤੇ ਤੀਜਾ ਸੀਗਾ ਜਿਹੜਾ ਮੰਗੂ ਉਹ ਨਹੀਂ ਪਤਾ ਇਹਨਾਂ ਦਾ ਭਰਾ ਸੀਗਾ ਕਿ ਜਾਂ ਇਹਨਾਂ ਦਾ ਚਾਚੇ ਦਾਦਾ ਮੁੰਡਾ ਸੀਗਾ ਠੀਕ ਆ ਜੀ, ਅਤੇ ਵਾਰਸ ਅਤੇ ਖੈਰੂ ਤਾਂ ਅਸੀਂ ਨਹੀਂ ਵੇਖਿਆ, ਝੂਠ ਮਾਰ ਦਈਏ ਵਾਰਸ ਅਤੇ ਖੈਰੂ ਤੁਸੀਂ ਅੱਖੀ ਵੇਖਿਆ ਅਤੇ ਹਾਂ, ਅਤੇ ਇੱਕ ਮੰਗੂ ਸੀ ਹਾਂ ਇੱਕ ਮੰਗੂ ਸੀ ਬਗਚਾਰ ਦਾ ਉਹਦਾ ਮੁੰਡਾ, ਉਹਦਾ ਮੁੰਡਾ ਬਗਚਾਰ ਦਾ ਹੁੰਦਾ ਆਪ ਵਗਦੀ ਰੱਖ ਕੇ ਉੱਥੇ ਗਾਂ ਛੱਡ ਕੇ ਆਉਂਦੇ ਨਾ ਹਾਂਜੀ, ਉੱਥੇ ਪਿੰਡ ਨੂੰ ਘਰ ਨੂੰ ਨਾ ਦਿੰਦਾ ਠੀਕ ਆ ਜੀ। ਅਤੇ ਇਸ ਤੋਂ ਇਲਾਵਾ ਤੁਸੀਂ ਦੱਸ ਰਹੇ ਹੋ ਇੱਕ ਤੇਲੀ ਵੀ ਹੁੰਦੇ ਸੀ ਇੱਥੇ? ਹਾਂਜੀ, ਤੇਲਾਂ ਦੇ ਪਰਿਵਾਰ ਹੁੰਦੇ ਸੀ ਤੇਲੀ ਜਿਹੜਾ ਉਹਨੂੰ ਲੱਗਿਆ ਹੁੰਦਾ ਸੀ ਹਾਂਜੀ ਹਾਂਜੀ, ਉਹ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ? ਇੱਕੋ ਘਰ ਹੈ ਜੀ, ਕੋਈ ਉਹਨਾਂ ਦਾ ਖੁਸ਼ੋ ਖੁਸ਼ੀ ਗਏ ਸਾਰੇ, ਕੋਈ ਨਹੀਂ ਮਾਰੇ, ਕੋਈ ਨਹੀਂ ਮਾਰਿਆ ਜੀ, ਸਾਰੇ ਵਧੀਆ ਗਏ ਜੀ ਇੱਥੋਂ। ਅਤੇ ਉਦੋਂ ਬਾਅਦ ਤੁਹਾਨੂੰ ਕੋਈ ਜਿਹੜੇ ਇੱਥੇ ਤੁਹਾਡੇ ਨਾਲ ਦੋਸਤ ਉਸ ਟਾਈਮ ਮਿਲਦੇ ਸੀ ਖੇਡਦੇ ਸੀ ਕਿਸੇ ਦਾ ਕੋਈ ਚਿੱਠੀ ਪੱਤਰ ਆਇਆ ਜੀ? ਕੋਈ ਨਹੀਂ, ਕੋਈ ਨਹੀਂ ਆਇਆ। ਇੱਕ ਵਾਰ ਦੱਸਾਂ ਜਿਹੜਾ ਘੁਮਿਆਰ ਸੀਗਾ ਨਾ ਹਾਂਜੀ, ਉਹ ਸਾਥੋਂ ਸੀਗਾ ਤਖੜਾ ਠੀਕ ਆ ਜੀ, ਉਦੋਂ ਉਹ ਖੇਡਾਂ ਹੈਗੀਆਂ ਜਾਂ ਬਾਂਦਰ ਕਿੱਲਾ ਖੇਡਦੇ ਹੁੰਦੇ? ਅੱਛਾ, ਬਾਂਦਰ ਕਿੱਲਾ ਖੇਡ ਖੇਡਦੇ ਹੁੰਦੇ ਸੀ ਹਾਂ, ਬਾਂਦਰ ਕਿੱਲਾ ਖੇਡ ਖੇਡਦੇ ਹੁੰਦੇ ਸੀ। ਅਤੇ ਕਣੀਆਂ ਪਾਈਆਂ ਵੀ ਸੀਗੀਆਂ, ਦੋ ਮੁੰਡੇ ਤਾਂ ਰਹਿੰਦੇ ਸਭ ਬਾਹਰ ਬਾਹਰ ਰਹਿੰਦੇ ਸੀਗੇ, ਇੱਕ ਤਾਂ ਇੰਨਾ ਕਰਤਾਰ ਭਾਣਜਾ ਸੀਗਾ ਮਾਛੀਕਿਆਂ ਤੋਂ, ਇੱਕ ਸੀਗਾ ਧੂੜਕੁੱਟੋਂ, ਉਹ ਦੋ ਰਹਿੰਦੇ ਸੀ ਨਾਨਕਾ ਘਰ ਇੱਥੇ, ਉਹ ਵੀ ਸਾਡੇ ਹਾਣੀ 'ਚ ਸੀਗੇ। ਅਤੇ ਇੱਕ ਮੁੰਡਾ ਸਾਡਾ ਮੁੰਡਾ ਜਿਹੜਾ ਹੁਣ ਪ੍ਰੀਤਮ ਵਰਾ ਗਾ ਸੀਗਾ, ਇਹ ਤਾਂ ਵੱਡਾ ਸੀਗਾ ਆਪਣਾ ਕਾਕੂ, ਉਹ ਵੀ ਤਕੜਾ ਸੀਗਾ। ਇੱਕ ਸੀਗਾ ਜਿਹੜੇ ਖਾਲਸੇ ਬਾਜ ਦੇ ਉਹਦਾ ਪ੍ਰੇਮੂ ਠੀਕ ਹੈ, ਇੱਕ ਉਹ ਸੀਗਾ ਠੀਕ ਹੈ, ਅਸੀਂ 5-7 ਬੰਦੇ ਨੇ ਇਕੱਠੇ ਹੋ ਕੇ ਰੋਜ਼ ਖੜਾ ਗਿਆ, ਸਾਰਿਆਂ ਨੂੰ ਰੋਜ਼ ਕੁੱਟਿਆ ਕਰੇ। ਅੱਛਾ ਜੀ, ਸਿਆਰ ਸੀਗਾ ਵਾਧੇ ਕੁੱਟ ਕੇ ਨਾ ਚੱਕ ਜੋੜੇ ਜਾੜੇ ਦੇ, ਅਤੇ 20 ਕਰਮਾਂ 'ਤੇ ਢੇਰੀ ਬਣਾਈ ਹੁੰਦੀ ਸੀਗੀ ਹਾਂਜੀ,
ਚੱਕ ਉੱਥੋਂ ਤੱਕ ਛਿੱਤਰ ਮਾਰਦੇ ਤੁਰੇ ਜਾਂਦੇ। ਅੱਛਾ ਜੀ। ਹਾਂਜੀ। ਅਤੇ ਉਦੋਂ ਲੱਗਦਾ ਸੀ ਜੀ ਇਹ ਇਸ ਤਰ੍ਹਾਂ ਵੀ ਇੱਕ ਦੂਜੇ ਨੂੰ ਮਾਰ ਮਾਰੇ ਜਾਂ ਦੌਰ ਚੱਲ? ਨਾ ਨਾ, ਕੋਈ ਜਾਤ ਚੇਤੇ ਨਹੀਂ ਸੀਗੇ। ਕੋਈ ਫਰਕ ਨਹੀਂ ਸੀ ਜੀ? ਨਾ ਜੀ, ਕੋਈ ਜਮਾਂ ਹੀ ਜਾਤ ਚੇਤੇ ਸੀ। ਅਤੇ ਇੱਕ ਦੂਜੇ ਦੇ ਘਰੇ ਖਾਣ ਪੀਣ? ਨਾ, ਕੋਈ ਕੋਈ ਡੱਕਾ ਹੀ ਨਹੀਂ ਸੀਗਾ। ਅਤੇ ਜੇ ਆਪਣੇ ਮੁਸਲਮਾਨ ਭਰਾਵਾਂ ਦੇ ਉਦੋਂ ਪ੍ਰੋਗਰਾਮ ਹੁੰਦਾ ਸੀ ਤੁਸੀਂ ਜਾ ਪੈਂਦੇ ਸੀ? ਨਾ, ਆਪ ਖਾਂਦਾ ਨਹੀਂ ਸੀ, ਜਾ ਵੜਦੇ, ਵੇਖਣ ਜਾ ਵੜਦੇ ਸੀ। ਅੱਛਾ, ਕੋਈ ਚੀਜ਼ ਨਹੀਂ ਖਾਂਦੇ ਸੀ? ਨਾ ਨਾ ਜੀ, ਅਸੀਂ ਤਾਂ, ਮੈਂ ਤਾਂ ਜੰਮ ਕੇ ਨਹੀਂ ਖਾਂਦਾ। ਅੱਛਾ, ਠੀਕ ਆ। ਕਿਤੇ ਜਵਾਨੀ ਵੇਲੇ ਮਾਸ ਮੂਸ ਮਿਰਕੀ ਖਾ ਲਿਓ ਬਿਨਾਂ। ਅੱਛਾ, ਇਹ ਮੇਨ ਕਾਰਨ ਸੀ ਉਦੋਂ ਮਾਸ ਬਣਾਉਂਦੇ ਸੀ ਪ੍ਰੋਗਰਾਮਾਂ 'ਤੇ, ਇਹੀ ਕਾਰਨ ਸੀ? ਹਾਂਜੀ। ਅਤੇ ਇਹਨਾਂ ਤੁਸੀਂ ਵਿਆਹ ਵੇਖਿਆ ਜੀ ਕੋਈ? ਕਿਹਦੇ ਵਿਆਹ ਤਾਂ ਦੱਸਿਆ, ਇੱਕ ਮੁਸਲਮਾਨਾਂ ਦਾ ਵਿਆਹ ਵੇਖਿਆ। ਅੱਛਾ ਬਈ ਡੁੱਡੀ ਲੰਗੜੀ ਗਾਣੀ ਖੂਲ। ਅੱਛਾ। ਉਹ ਮੁੰਡੇ ਵਾਲਾ ਕਹਿੰਦਾ ਖੂਲ। ਅੱਛਾ। ਫਿਰ ਮੁੰਡੇ ਵਾਲਾ ਬੋਲਦਾ, ਉਹ ਕਹਿੰਦਾ ਵੀ ਇੰਨਾ ਕਾਣਾ ਡੋਡਾ ਲੰਗਾ ਕੂਲ, ਉਹ ਕਹਿੰਦੇ ਕੂਲ। ਆਪਾਂ ਲਾਵਾਂ ਪੰਜ ਚਾਰ ਕਹਿੰਦੇ, ਉਹ ਚਾਰ ਵਾਲਾ ਐਂ ਬੋਲਦੇ, ਚਾਰ ਵਾਲਾ ਐਂ ਬੋਲਦੇ ਵੀ ਕੋਈ ਹਾਂ ਕਬੂਲ, ਇੰਨਾ ਕਾਣਾ ਵੀ ਕਬੂਲ ਆ, ਕਬੂਲ ਹੈ। ਫਿਰ ਛੱਡ ਨਹੀਂ ਸਕਦੇ ਸੀ ਉਹ। ਅੱਛਾ ਜੀ। ਨਾ, ਸਵਾਲ ਹੀ ਨਹੀਂ ਪੈਦਾ। ਅਤੇ ਉਹ ਵੀ ਪੈਸੇ ਪੂਸੇ ਵੀ ਕਹਿੰਦੇ ਹੁੰਦੇ ਸੀ ਵੀ ਇੰਨੇ ਪੈਸਿਆਂ 'ਚ ਇਹ ਵੀ ਰਿਸ਼ਤਾ ਤੈਅ ਹੋ ਗਿਆ, ਪੈਸਿਆਂ ਦੀ ਵੀ ਗੱਲ ਕਰ ਦਿੰਦੇ ਸੀ ਵੀ 50 ਪੈਸਿਆਂ ਜਾਂ ਰੁਪਈਏ 'ਚ ਇਹ ਰਿਸ਼ਤਾ ਮਨਜ਼ੂਰ ਹੋ ਗਿਆ? ਉਹ ਅਜਿਹੀਆਂ ਗੱਲਾਂ 'ਚ ਨਹੀਂ, ਇਹੋ ਜਿਹੀਆਂ ਨਹੀਂ ਉਦੋਂ ਹੁੰਦਾ ਸੀ ਜੀ। ਅਤੇ ਉਹ ਜਿਹੜਾ ਗਣੇ ਸੀ ਨਾ ਘੁਮਿਆਰ, ਹਾਂਜੀ, ਉਹਨੇ ਦੱਸਦਾ ਸੀ ਇੱਕ ਦਿਨ ਭਾਈ ਮਸਲੇ ਅਤੇ ਕਣੀਆਂ ਪਈਆਂ ਹੋਈਆਂ ਬੱਦਲ। ਹਾਂਜੀ। ਅਤੇ ਅਸੀਂ ਆਪਣੇ ਮਾਲ ਜਾਂਦੇ ਛੱਪੜਾ ਕਰਨੇ। ਅੱਛਾ, ਛੱਪੜਾ ਕਰਨੀ ਜਾ ਰਹੇ? ਹਾਂ, ਮਾਲ ਚਾਰਨ। ਮਾਲ ਚਾਰਨ ਜਾ? ਉਹ ਗਧੇ ਚਾਰਦਾ ਹੁੰਦਾ ਸੀਗਾ। ਅੱਛਾ, ਉਹ ਗਧੇ ਚਾਰਦਾ ਹੁੰਦਾ ਸੀ, ਤੁਸੀਂ ਮਾਲ ਚਾਰਨ ਜਾ ਰਹੇ? ਅਸੀਂ ਮਾਲ ਚਾਰਦੇ ਹੁੰਦੇ ਸੀ, ਅਸੀਂ ਸਾਰਿਆਂ ਨੇ ਮਾਸਲੀ। ਅੱਛਾ ਜੀ। ਸਾਧੂ ਨੇ ਵੀ, ਤਾਰਸ ਹੁੰਦੇ ਵੀ, ਮੈਂ ਕਾਕੂ ਨੇ, ਪ੍ਰੇਮੂ ਵਰਗਿਆਂ ਸਾਰਿਆਂ ਨੇ ਮਾਸਲੀ। ਅੱਜ ਘੁਮਿਆਰ ਨੂੰ ਕੁੱਟ ਕੇ ਨਾ ਫੇਰ ਤੁਰਿਆ। ਅੱਛਾ ਜੀ। ਸਾਰਿਆਂ ਨੇ ਮਾਸਲੀ। ਹਾਂਜੀ। ਅਤੇ ਜਦੋਂ ਛਿੱਤਰ ਝੱਕ ਕੇ ਵਿਹਲ ਹੋ ਗਿਆ ਨਾ, ਸੀਸ ਦਾਵੀ ਉਹਦੇ ਸਿਰ, ਕਾਕੂ ਖੜਾ ਸੀਗਾ, ਇਧਰਲੇ ਪਾਸੇ ਪ੍ਰੇਮ ਖੜਾ ਸੀਗਾ, ਜੋ ਭੱਜ ਕੇ ਨੰਗਲ ਲੱਗਿਆ ਵਿੱਚ ਦੀ, ਉਦੋਂ ਜੋੜੇ ਹੁੰਦੇ, ਕਿਹੜਾ ਚੱਪਲਾਂ ਹੁੰਦੀਆਂ ਸੀਗੇ, ਧੌੜੀ ਦੇ ਜੋੜੇ ਹੁੰਦੇ ਸੀਗੇ, ਐਂ ਚਲਾ ਤੇ ਭੱਜੇ ਜਾਂਦੇ ਸੀ। ਇੱਕ ਇਧਰਲੇ ਪਾਸੇ ਵੱਜਿਆ, ਇੱਕ ਦੇ ਇਧਰਲੇ ਪਾਸੇ ਵੱਜਿਆ, ਫੜਕ ਗਿਆ ਭਾਈ, ਫੜਕ ਕੇ ਡਿੱਗ ਪਿਆ, ਡਿੱਗ ਪਿਆ, ਜਾਵਾਂ ਮਾਰਨ ਵਾਲਾ ਹੋ ਗਿਆ ਜੀ। ਹਾਂਜੀ। ਸਾਹ ਤਾਂ ਵਗਦੇ ਸੀਗੇ, ਕੱਲ੍ਹ ਕੱਲ੍ਹ ਕੁਦਰਤੀ ਉੱਥੇ ਪਾਣੀ ਖੜਾ ਟੋਏ 'ਚ। ਅੱਛਾ ਜੀ, ਪਾਣੀ ਪਿਆ ਤਾ ਉਹ ਤਾਂ ਨਾ ਜੋੜੇ 'ਚ ਪਾ ਕੇ ਪਾਣੀ, ਜਿਹੜਾ ਕਿ ਗੱਲਾਂ ਵੇਖੀਆਂ ਕਰੀਆਂ ਗਈਆਂ। ਹਾਂਜੀ ਹਾਂ। ਨਵੇਂ ਜੋੜੇ ਸੀਗੇ ਇੱਕ ਦੇ, ਅਤੇ ਉਹਦੇ ਜੋੜੇ 'ਚ ਪਾ ਕੇ ਲਿਆ, ਅਤੇ ਪਾਣੀ ਲਿਆ, ਉਹਦੇ ਮੂੰਹ 'ਚ ਪਾਇਆ, ਛਿੱਟੇ ਛੱਟੇ 'ਚ ਮਾਰੇ। ਹਾਂਜੀ। ਐਂ ਜੇ ਗੱਲ ਆ ਗਿਆ, ਅੱਛਾ ਕੀ ਹੋਇਆ ਗਣੀ ਹੋਏ? ਅਗਾਂ ਮੈਨੂੰ ਮੂੰਹ ਜਿਹਾ ਲਿਬੜਿਆ, ਪਾਣੀ ਕਾਹ 'ਚ ਕਿੱਥੋਂ ਲਿਆਉਂਦਾ ਦਿਮਾਗ? ਅੱਛਾ, ਗਣੀ। ਅਸੀਂ ਅਗਾਂ ਯਾਰ ਜੋੜੇ 'ਚ ਪਾ ਕੇ ਲਿਆਉਂਦਾ ਸੀਗਾ, ਸਾਲੇ ਬਾਅਦ ਮੇਰੇ ਦਿਨ ਨਹੀਂ ਭਰਿਸ਼ ਕਰਤੇ, ਸਾਲਾ ਦਿਨ ਭਰਿਸ਼ਦਾ, ਸਾਡੇ ਘਰ ਕਤਲ ਪੈ ਗਿਆ ਸੀਗਾ। ਹਾਂਜੀ ਹਾਂ। ਅਤੇ ਉਦੋਂ ਜਿਹੜੇ ਮੁਸਲਮਾਨ ਵੀਰਾਂ ਦੇ ਖੇਤ ਸੀ, ਜਿਵੇਂ ਤੁਹਾਡੇ ਪਿੰਡ ਕਲਿਆਣ ਮਾਲਕ 'ਚ ਰਹਿੰਦੇ ਸੀ, ਹਾਂ, ਇਹਨਾਂ ਦੇ ਪੈਲੀ ਕਿਹੜੇ ਖੇਤ ਸੀ, ਕਿਹੜੀ ਸਾਈਡਾਂ 'ਤੇ ਸੀ ਇਹਨਾਂ ਦੀ? ਇਹ ਕੱਲਾ ਮੋਚੀਆਂ ਦੀ, ਕਲਾਲਾਂ ਦੀ ਸੀ, ਹੋਰ ਕਿਸੇ ਦੀ? ਉਹ ਕਿਹੜੀ ਸਾਈਡ 'ਤੇ ਸੀ? ਉਹ ਫੀਰਾ ਸਾਈਡ 'ਤੇ ਸੀ, ਕੱਲੇ ਇੱਕ ਇੱਕ ਖੇਤ ਸੀ। ਇੱਕ ਫਕੀਰ ਵਾਲੀ ਸਾਈਡ ਵੀ, ਉਹ ਕਿਹੜੇ ਪਰਿਵਾਰ ਦੀ ਸੀ ਫਕੀਰ ਵਾਲੀ ਸਾਈਡ? ਉਹ ਫਕੀਰਾ ਸਾਈਡ ਉਹਨਾਂ ਦੀ ਹੋਈ, ਕਲਾਲਾਂ ਦੀ ਹੋਈ। ਉਹ ਕਲਿਆਣ ਖੈਰੂ ਵਾਰਸ, ਖੇਰੂ ਵਾਰਸ, ਇਹ ਕਲਿਆਣ ਮਾਲਕੀ ਜੀ ਰਹਿੰਦੇ ਜਿਹੜਾ ਜੀ? ਹਾਂ, ਮਾਲਕੀ ਜੀ। ਜਿਹੜੇ ਕਲਿਆਣ ਸੱਦੇ ਸੀ, ਉਹ ਕਿਹੜੇ ਪਰਿਵਾਰ ਸੀ, ਤੁਹਾਨੂੰ ਨਾਂ ਨੂੰ ਪਤਾ ਮੁਸਲਮਾਨਾਂ ਦੇ? ਉਹ ਵੀ ਕਲਾ ਅਤੇ ਮੋਚੀ ਸੀ, ਉਹ ਦੋਨੇ ਸੀਗੇ ਰਾਈ। ਉਹ ਉਹ ਰਾਈ ਸੀ, ਉਹ ਰਾਈ ਅਤੇ ਕਲਾਲ ਸੀ, ਦੋ ਘਰ ਸੀਗੇ। ਅੱਛਾ, ਰਾਈ ਅਤੇ ਕਲਾਲ। ਅਤੇ ਹੋਰ ਬਾਹਰ ਰਹਿੰਦੇ ਤਾਂ ਬਹੁਤ ਘਰ ਸੀਗੇ, ਪਰ ਦੋ ਨਾਂ ਪੈਂਦਾ ਸੀ, ਰਾਈਆਂ ਦਾ ਅਤੇ ਕਲਾਲ। ਯਾਨੀ ਘਰ ਬਹੁਤ ਸੀ, ਯਾਨੀ ਕਿ ਉਹਨਾਂ ਦਾ ਅੱਲ ਪੈਂਦੀ ਸੀ ਬਜ਼ੁਰਗਾਂ? ਅੱਲ ਪੈਂਦੇ ਸੀ ਅੱਡੋ ਅੱਡੀ। ਅਤੇ ਜਿਹੜਾ ਆਪਣਾ ਉਹਨਾਂ ਦੇ ਵਾਹਣ ਕਿਹੜੀ ਸਾਈਡ ਸੀ, ਸੱਦੇ ਕੇ ਪਾਸੇ? ਉਹਨਾਂ ਨੇ ਉਹ ਭੰਡ ਤਾਂ ਮੇਰੇ ਨਾਨੀ ਯਾਦ, ਉਹਨਾਂ ਨੇ ਮੋਰੋ ਵੇਚਦੀ ਸੀ ਗੁਲਜ਼ਾਰੇ ਵਾਲੇ ਕਹਿੰਦੇ। ਅੱਛਾ, ਅਤੇ ਉਹ ਸੂਏ ਕੰਨੀ ਸੀ ਕਿਹੜੇ ਸਾਈਡ ਸੀ? ਜਮਾਂ ਸੂਏ ਦੇ ਉਲੇ ਪਾਸੇ ਸੀ। ਅੱਛਾ, ਮੋਗੇ ਦੇ ਨਾਲ? ਮੋਗਾ ਵਿੱਚ ਪੈਂਦਾ ਸੀ ਜਮਾਂ। ਅੱਛਾ, ਮੋਗਾ ਵਿੱਚ ਪੈਂਦਾ, ਜਮਾਂ ਮੋਗਾ ਵਿੱਚ ਪੈਂਦਾ ਸੀ, ਜਿਵੇਂ ਫਕੀਰ ਵਾਲੇ ਮੋਗਾ ਵਿੱਚ ਪੈਂਦਾ ਹੋਵੇ। ਅੱਛਾ ਜੀ, ਵਿੱਚ ਪੈਂਦਾ ਸੀ। ਅਤੇ ਹੋਰ ਕੋਈ ਉਸ ਸਮੇਂ ਜਦੋਂ ਇੱਥੋਂ ਰਹਿੰਦੇ ਸੀ 1947 ਤੋਂ ਪਹਿਲਾਂ ਮੁਸਲਮਾਨ, ਹਾਂ, ਅਤੇ ਕਿਵੇਂ ਮਾਹੌਲ ਸੀ ਆਪਣੇ ਪਿੰਡ ਦਾ? ਵਧੀਆ ਸੀ, ਚੜ੍ਹਨ ਦੀ ਕਲਾ ਸੀ, ਕੋਈ ਲੱਗਦਾ ਨਹੀਂ ਸੀ ਵੀ ਆਹ ਵਾਰਦਾਤ ਹੋ ਜੂਗੀ, ਵੰਡ ਪੈ ਜੂ। ਅਤੇ ਜੇ ਹੁਣ ਤੁਹਾਨੂੰ ਦੋਸਤ ਮਿਲਣ ਪੁਰਾਣੇ, ਕਿਹੜੇ ਕਿਹੜੇ ਦੋਸਤ ਸੀ ਤੁਹਾਨੂੰ ਨਾਂ ਯਾਦ ਆ ਆਪਦਿਆਂ ਦੇ ਮੁਸਲਮਾਨ? ਬਸ ਜ਼ਿਆਦਾ ਉਹ ਮੁੰਡਾ ਮੀਲੇ ਕਾ ਵੇਖਿਆ ਗਾ। ਮੀਲਾ, ਮੀਲੇ ਕਾ, ਮੀਲੇ ਦਾ ਮੁੰਡਾ ਸੀ, ਮੀਲੇ ਦਾ ਮੁੰਡਾ ਸੀ।
ਤੇ ਜਾਂ ਉਹ ਕਵਿਆ ਸੀਗਾ ਉਹ ਉਹ ਤਾਂ ਬਾਹਰੋਂ ਛੱਡ ਕੇ ਸੀ ਉਹਦਾ ਉਹਦਾ ਕੋਈ ਚਿੱਠ ਸੀ ਅਤੇ ਜਿਹੜਾ ਆਪਣਾ ਆਹਾ ਹਾਜੀ ਮੁਹੰਮਦ ਯਕੂਬ ਭੱਟੀ ਇੰਟਰਵਿਊ ਜਾ ਰਿਹਾ ਇਹਨਾਂ ਨੂੰ ਪਸੰਦ ਤੁਸੀਂ ਆਪਣੇ ਪਿੰਡ ਦੇ ਹੀ ਇਹ ਨਹੀਂ ਤੁਹਾਡੀ ਪਸੰਦ 'ਚ ਹੈ ਅਤੇ ਇਹਨਾਂ ਦੇ ਘਰ ਜਾਣੀ ਕਿ ਖੂਹ ਤੋਂ ਨਾਲ ਆਸੇ ਪਾਸੇ ਕੋਈ ਮੁਸਲਮਾਨ ਆਪਣੇ ਰਹਿੰਦੇ ਸੀ ਉਦੋਂ ਤੈਨੂੰ ਦੱਸਿਆ ਉਹ ਜਿਹੜਾ ਜਿੱਥੇ ਹੁਣ ਚੌਂਕੜੀ ਬਣੀ ਵੀ ਆ ਉੱਥੇ ਸੀਗੇ ਦੋ ਕਾਨੂੰਨ ਘਰ ਚੌੜੀ ਕੱਚੀ ਛਾ ਅੱਛਾ ਉੱਥੇ ਮੁਸਲਮਾਨਾਂ ਦੇ ਘਰ ਸੀਗੇ ਉਹ ਮੁਸਲਮਾਨ ਦਾ ਘਰ ਜੇ ਮੈਂ ਹੁਣ ਮਗਰੋਂ ਸੁਣੀਆਂ ਗੱਲਾਂ ਜਿਹੜੀਆਂ ਚੌਂਕ ਚੌਂਕ ਤਾਂ ਫਿਰ ਉਹ ਬਣ ਗਿਆ ਨਾ ਚੌਂਕ ਹੀ ਬਣ ਗਿਆ ਨਾ ਉਹ ਚੌਂਕ ਹੀ ਆ ਗਿਆ ਨਾ ਚੌਂਕ ਖੂਹ ਕੋਲ ਹਾਂ ਪੂਰੇ ਚੌਂਕ ਹੀ ਆ ਗਿਆ ਨਾ ਉਹਲੇ ਪਾਸੇ ਹਾਂਜੀ ਹਾਂਜੀ ਅਤੇ ਦਰਵਾਜ਼ੇ ਦਾ ਬਾਹਰ ਰੱਖਦੇ ਸੀਗੇ ਠੀਕ ਆ ਜੀ ਉੱਥੇ ਅਤੇ ਸਾਡੇ ਪਾਸੇ ਜਿਹੜੇ ਬੈਲੀ ਸੀਗੇ ਬੰਦੇ ਹਾਂਜੀ ਬਸਤੌਰ ਵਾਲੇ ਕਾ ਵੱਜਦਾ ਸੀਗਾ ਹਾਂਜੀ ਹਾਂ ਹੋਰ ਬੰਦੇ ਸੀਗੇ ਹਾਂਜੀ ਨਿਰਭੈ ਵਰਗੇ ਆਹ ਤਰੇ ਵਰਗੇ ਹਾਂਜੀ ਅਤੇ ਰਾਮ ਸਿੰਘ ਬੁੜਾ ਹਾਂਜੀ ਬਹੁਤ ਤਕੜੇ ਤਕੜੇ ਆ ਇਹ ਬੰਦੇ ਨੇ ਬਾਹਰ ਨਹੀਂ ਕੱਢਣ ਦਿੱਤਾ ਅੱਛਾ ਜੀ ਉਹ ਆਹਦੇ ਜੀ ਭੈਣ ਜਿਹਨੂੰ ਮੁਸਲਮਾਨ ਖਰਾਬ ਹੈ ਬੁੜੀਆਂ ਕੁੜੀਆਂ ਪਾਣੀ ਭਰਿਆ ਕਰਨੀਆਂ ਮੇਰੇ ਸਾਰੇ ਖਰਾਬ ਕਰਨਾ ਕਹਿੰਦੇ ਉਹ ਬਾਹਰ ਨਾ ਕੱਢਣ ਦੇ ਅੱਛਾ ਜੀ ਬਾਹਰ ਨਹੀਂ ਕੱਢਣ ਦਿੰਦਾ ਨਹੀਂ ਉਹ ਚੌਂਕ ਦਾ ਤਾਂ ਹੀ ਵੱਜਦਾ ਉਹ ਚੌਂਕ ਉੱਥੇ ਅੱਛਾ ਤਾਂ ਹੀ ਚੌਂਕ ਬਣ ਗਿਆ ਤਾਂ ਹੀ ਚੌਂਕ ਬਣਦਾ ਠੀਕ ਹੈ ਅਤੇ ਹੋਰ ਤੁਹਾਡੀਆਂ ਉਸ ਸਮੇਂ ਦੀਆਂ ਯਾਦਾਂ ਹੋਣ 1947 ਦੀਆਂ ਵੀ ਕਿਵੇਂ ਆਜ਼ਾਦ ਹੋਏ ਕਿਵੇਂ ਫੌਜ ਆਈ ਕੋਈ ਫੌਜ ਆਈ ਨਹੀਂ ਪਿੰਡਾਂ 'ਚ ਲੈਣ ਲੋਕਾਂ ਨੂੰ ਜਿਹੜੇ ਗਵਾਚੇ ਹੋਏ ਸੀ ਉਦੋਂ ਬਾਅਦ ਵੀ ਫੌਜ ਆਈ ਹੋਊਗੀ ਜਿਵੇਂ 1947 'ਚ ਕੁਝ ਵੀ ਇੱਥੇ ਜਾਂ ਲੋਕ ਗਏ ਸੀ ਜਾਂ ਕਿਸੇ ਨੂੰ ਲਘੋਲੇ ਸੀ ਪਰਿਵਾਰ ਵੀ ਉਹਨੂੰ ਬਰਾਮਦ ਕਰਨ ਲਈ ਕੋਈ ਫੌਜ ਜਾਂ ਪੁਲਿਸ ਆਈ ਸੀ ਇੱਥੇ ਬਾਅਦ 'ਚ ਪਿੰਡਾਂ 'ਚ ਕੋਈ ਨਹੀਂ ਇਹ ਭਰਾਵਾ ਮੈਂ ਝੂਠ ਹੀ ਮਾਰ ਦਾਂਗਾ ਆਹ ਤਾਂ ਮੇਰਾ ਥਾਂ ਲਿਆ ਮੁੱਲ ਹੱਥਿਆ ਖਬਰ ਦੇ ਆ ਇਧਰਲੇ ਪਾਸੇ ਆਹ ਥਾਂ ਸੀਗਾ ਸਾਡਾ ਇਹ ਦਰਵਾਜ਼ਾ ਆਉਂਦਾ ਸੀਗਾ ਹਾਂਜੀ ਅਤੇ ਇਧਰਲੇ ਪਾਸੇ ਸਵਾਤ ਹੁੰਦੀ ਸੀਗੀ ਠੀਕ ਆ ਜੀ ਆਪਾਂ ਝੂਠੀ ਮਾਰਦੇ ਸਾਡੇ ਮੁੜੇ ਕਰਦੇ ਸੀ ਪਿੰਡ ਦਾ ਕੰਮ ਹਾਂਜੀ ਬਗਾੜ ਦਾ ਅੱਛਾ ਜੀ ਕੋਠੜੀ ਬਣਾਈ ਹੋਈ ਸੀਗੀ ਜੀ ਮੈਂ ਇਹ ਤੋਂ ਜਲਦੀ ਕੋਠੜੀ ਬਣਾ ਦਈਏ ਹਾਂਜੀ ਉੱਥੇ ਚੰਪੜੇ ਹੁੰਦੇ ਸੀ ਸਕਾਸ ਗੋਏ ਰੱਖਦੇ ਹੁੰਦੇ ਸੀਗੇ ਠੀਕ ਆ ਅਤੇ ਤੁਸੀਂ ਕੋਈ ਉਸ ਸਮੇਂ ਕੋਈ ਕਤਲ ਹੁੰਦਾ ਵੇਖਿਆ 1947 ਜਾਂ ਕਤਲ ਹੋਏ ਬੰਦੇ ਮਰੇ ਪਏ ਦੇਖੇ ਹੁਣ ਹਾਂਜੀ ਜਦੋਂ 1947 ਦੀ ਉਹ ਵੰਡ ਸਮੇਂ ਵੱਢ ਵਢਾਈ ਹੋਈ ਆ ਵੀ ਤੁਸੀਂ ਕੋਈ ਉੱਥੇ ਆਪਣੇ ਪਿੰਡ ਜਾਂ ਆਸੇ ਪਾਸੇ ਕਿਤੇ ਪਿੰਡਾਂ 'ਚ ਕੋਈ ਮਰੇ ਪਏ ਦੇਖੇ ਲਾਸ਼ਾਂ ਦੇਖੀਆਂ ਬਾਹਰ ਨਹੀਂ ਗਏ ਅੱਛਾ ਪਿੰਡ 'ਚ ਸੀ ਨਾ ਬਾਹਰ ਨਹੀਂ ਗਏ ਤਾਂ ਮੈਂ ਬਾਹਰ ਦੀ ਗੱਲ ਦੱਸਦਾ ਤੁਹਾਨੂੰ ਜਿੱਦਾਂ ਮਲੁੱਕ ਜੰਗੀਰਾ ਜਲਾਲ ਵਾਲਾ ਅਸੀਂ ਮਾਲ ਚਾਰਦੇ ਸੀ ਅਸੀਂ ਕਿਹਾ ਯਾਰ ਜੰਗੀਰਾ ਮਲਾ ਜਲਾ ਵੇਖੀਏ ਚੱਲੀਏ ਸਾਨੂੰ ਜਿਹੜੇ ਸਿਆਣੇ ਬੰਦੇ ਸੀ ਉਹ ਭੈਣ ਚੋਂ ਉੱਥੇ ਜਾਓ ਨਾ ਕੀ ਲੈਣਾ ਤੁਸੀਂ ਅੱਛਾ ਉਹ ਬੰਦਾ ਵਿਹਲੀ ਸੀ ਜੀ ਹੈ ਉਹ ਵਿਹਲੀ ਸੀ ਬੰਦਾ ਵਿਹਲੀ ਬਾਹਲਾ ਬੜਾ ਤਕੜਾ ਵਿਹਲੀ ਸੀਗਾ ਜਲਾਲਾ ਜੰਗੀਰ ਤਾਂ ਤਕੜਾ ਅਤੇ ਅਸੀਂ ਗਏ ਨਾ ਭਾਈ ਤੁਸੀਂ ਗਏ ਨਾ ਉਹਦੇ ਨਾਲ ਸੀ ਨਾ ਜਿਹੜੇ ਡਾਕੂ ਬੰਦੇ ਉਹ ਹੋਰ ਬੰਦੇ ਉੱਪਰ ਸੀ ਅਤੇ ਉਹ ਤਾਂ ਉਹ ਛਾਪੇ ਮਾਰੇ ਉਹਨਾਂ ਨੇ ਅੱਛਾ ਵੀ ਸਾਨੂੰ ਕੋਠੋਂ 'ਤੇ ਚੜ੍ਹ ਚੜ੍ਹਨਾ ਐਂ ਥੱਲੇ ਸੇਲਾ ਕਰਦਾ ਕਰਨ ਕੋਠੇ 'ਤੇ ਜਵਾਕ ਸੜਦਾ ਕਰਨ ਹੇਠ ਸੇਲਾ ਅੱਛਾ ਜੀ ਹਾਂਜੀ ਕੋਠੇ ਜਵਾਕ ਸੜਦਾ ਕਰਨ ਸੇਲਾ ਥੱਲੇ ਕਰਦਾ ਕਰਨ ਅੱਛਾ ਉਹ ਲੋਕਾਂ ਨੇ ਸੁਣੀਆਂ ਗੱਲਾਂ ਆਪਾਂ ਵੇਖੀਆਂ ਨਹੀਂ ਅੱਖਾਂ ਅਸੀਂ ਗਏ ਨਹੀਂ ਗਏ ਹਾਂਜੀ ਹਾਂਜੀ ਸਾਡੇ ਤਾਂ ਜਿੰਨੇ ਮਾਰ ਜਾਲੇ ਜਾਰਦਾ ਕੋਈ ਨਹੀਂ ਗਿਆ ਉੱਥੇ ਅੱਛਾ ਜੀ ਬਹੁਤ ਪੈਂਦੇ ਹੱਥ ਨਾਲ ਮਾਰੇ ਸੀ ਜੀ ਬੜਾ ਬੜਾ ਸੀਗਾ ਜ਼ਗੀਰ ਵੇਖਿਆ ਸੀ ਅੱਛਾ ਅਤੇ ਆਪਣੇ ਪਿੰਡ 'ਚ ਬਚਤ ਰਹੀ ਟੋਟਲ ਮਿਲਾ ਕੇ ਆਪਣੇ ਕਿੰਨੇ ਕੁ ਕਤਲੋਗਾਰ ਤੋਂ ਹੋਈ ਕਿ ਨਹੀਂ ਆਪਣੇ ਪਿੰਡ ਇੱਥੇ ਨਾ ਆਪਣੇ ਮੁਸਲਮਾਨਾਂ ਦੀਆਂ ਜਿਹੜੀਆਂ ਸੀਗੀਆਂ ਆਪਣੀਆਂ ਮੋਚੀਆਂ ਦੀਆਂ ਕੁੜੀਆਂ ਬੁੜੀਆਂ ਉਹ ਰੱਖੀਆਂ ਅਸੀਂ 8 ਦਿਨ ਅੱਛਾ 8 ਦਿਨ ਇੱਥੇ ਹਾਂ ਚਾਮਾ ਚ ਲੁਕੋ ਕੇ ਠੀਕ ਆ ਜੀ ਅਤੇ ਉਹਨਾਂ ਨੂੰ ਜਾਂਦਿਆਂ ਨੂੰ ਉਹਨਾਂ ਨੂੰ ਫਿਰ ਲੀੜੇ ਕੱਪੜੇ ਵੀ ਦਿੱਤੇ ਅੱਛਾ ਲੀੜਾ ਕੱਪੜਾ ਦਿੱਤਾ ਹਾਂ ਲੀੜਾ ਕੱਪੜਾ ਵੀ ਦਿੱਤਾ ਦਾਣੇ ਵੀ ਬਣਾ ਕੇ ਦਿੱਤੇ ਠੀਕ ਆ ਬਖਸ਼ੀ ਆ ਗਾ ਅੱਛਾ ਗੁਜਰਵੜੇ ਕਾ ਬਖਸ਼ੀ ਆ ਜਾ ਗਾ ਹਾਂਜੀ ਉਹ ਛੱਪੜ ਤੋਂ ਸਾਰੇ ਖੋਲਿਆ ਅੱਛਾ ਲੀੜੇ ਖੋਲਿਆ ਉਹ ਆਦੀਆਂ ਸਰਦਾਰ ਜੀ ਕਰੀ ਦਾ ਜਾਂਦਾ ਤੇਰਾ ਡੱਕਾ ਰਹਿਣਾ ਨਹੀਂ ਅੱਛਾ ਜੀ ਉਹ ਗੱਲ ਹੈ ਕੋਈ ਮੁੰਡਾ ਕਵਾੜਾ ਜਾ ਖਾਤਮਾ ਹੋ ਗਿਆ ਅੱਛਾ ਠੀਕ ਅਤੇ ਹੋਰ ਤੁਹਾਡੇ ਕੋਈ ਉਸ ਸਮੇਂ ਦੀ ਕੋਈ ਯਾਦ ਹੋਵੇ ਵੀ ਕੁਛ ਹੋਰ ਦੱਸਣਾ ਚਾਹੁੰਦੇ ਹੋ ਵੀ ਕਿਹੋ ਜਿਹਾ ਵਾਪਰਿਆ ਤੁਹਾਨੂੰ ਕਿਵੇਂ ਲੱਗਿਆ ਕਿੰਨੇ ਦਿਨ ਕੰਮ 'ਚ ਲਈ ਲਗਭਗ ਇਹ ਭਾਦੋਂ ਮਹੀਨਾ ਮਾਰਮਾਰੀ ਚੱਲੀ ਗਈ ਭਾਦੋਂ ਦਾ ਮਹੀਨਾ ਚੱਲਿਆ ਥੋੜ੍ਹੇ ਦਿਨ ਹੀ ਚੱਲਿਆ ਅਤੇ ਥੋੜ੍ਹੇ ਦਿਨ ਚੱਲਿਆ ਥੋੜ੍ਹੇ ਦਿਨ ਹੀ ਚੱਲਿਆ ਅਤੇ ਮੁੜ ਕੇ ਪੰਜ ਭੇਜਦੇ ਡੱਡੀਆਂ ਅਤੇ ਮੁੜ ਕੇ ਜਿਹੜੇ ਪਰਿਵਾਰ ਇੱਥੇ ਆਏ ਉਹ ਆਵਾਜ਼ ਕਿਵੇਂ ਹੋਏ ਜਿਹੜੇ ਉੱਧਰੋਂ ਉੱਠ ਕੇ ਆਏ ਕਿੰਨੇ ਕੁ ਉੱਠ ਕੇ ਆਏ ਪਾਕਿਸਤਾਨ 'ਚ ਉੱਥੇ ਪੰਡਤ ਹੀ ਆਏ ਸੀਗੇ ਅੱਛਾ ਪੰਡਤਾਂ ਦੇ ਹਿੰਦੂ ਪਰਿਵਾਰ ਆਏ ਸੀ ਕਈ ਅੱਛਾ ਉਹਨਾਂ ਨੂੰ ਜਾਣੀ ਕਿ ਉਹ ਮੁਸਲਮਾਨ ਵਾਲੀ ਜਗ੍ਹਾ ਦੇ ਤੀ ਉਹਨਾਂ ਨੇ ਦੱਸਿਆ ਜਦੋਂ ਉੱਥੇ ਕਾਫਲਾ ਆਪਣਾ ਆਇਆ ਉਦੋਂ ਲੋਕ ਕਹਿੰਦੇ ਉਹਨਾਂ ਨੇ ਦੱਸਿਆ ਆ ਦੁੱਧੀਆਂ ਵਿਖਾਈਆਂ ਉਹਨਾਂ ਨੇ ਮੇਰੇ ਸਾਹਿਬ ਦੁੱਧ ਦੇ ਵਿੱਚ ਦੁੱਧੀਆਂ ਵੱਢੀਆਂ ਹੋਈਆਂ ਸੀ
ਨਾ ਦੂਜਿਆਂ ਇੱਥੋਂ ਨਾ ਧੱਕਾ ਨਾ ਅੱਛਾ ਨਾ ਇੱਥੋਂ ਜਾਂ ਤੱਕ ਤੱਤਾ ਕਰਕੇ ਅੱਖਾਂ 'ਚ ਅੱਛਾ ਜੀ ਅੱਛਾ ਅੱਖਾਂ 'ਚ ਦੇ ਦਿੰਦੇ ਸੀ ਬੁਖਾਏ ਦੋ ਨੌਜਵਾਨ ਦੋ ਤਿੰਨ ਅੱਛਾ ਜੀ ਵਿਆਹ ਹਾਲ ਬਣਿਆ ਤੁਸੀਂ ਅੱਛਾ ਜੀ ਬੜੀ ਭੈਣੀ ਹੱਥ ਨਾਲ ਮਾਰ ਬੜੀ ਦਲੇਰ ਕੌਮ ਹੈ ਅਤੇ ਟੋਟਲ ਮਿਲਾ ਕੇ ਤੁਹਾਨੂੰ ਕਿਵੇਂ ਲੱਗਦਾ ਸੀ 1947 ਦੀ ਜਿਹੜੀ ਵੰਡ ਹੋਈ ਹੈ ਸਹੀ ਹੋਈ ਹੈ ਕਿ ਹੋਣੀ ਨਹੀਂ ਚਾਹੀਦੀ ਸੀ ਉਹ ਵਿੱਚ ਤਾਂ ਲੋਕ ਸਿਆਣੇ ਤੱਕਦੇ ਹੋਣੀ ਨਹੀਂ ਚਾਹੀਦੀ ਸੀ ਵੀ ਰਲੇ ਮਿਲੇ ਸੀ ਉੱਧਰ ਆਪਣੇ ਰਲੇ ਮਿਲੇ ਵਿੱਚ ਆਪਣੇ ਉੱਧਰ ਖਾਂਦੇ ਪੀਂਦੇ ਇਕੱਠੇ ਸੀਗੇ ਵਿਆਸਾਂ ਸੀ ਹਾਂਜੀ ਹਾਂਜੀ ਅਤੇ ਬਸ ਜਾਣੀ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਕਟਾਵਟ ਬਹੁਤ ਜ਼ਿਆਦਾ ਨੁਕਸਾਨ ਮੂਲੋਂ ਜ਼ਿਆਦਾ ਨੁਕਸਾਨ ਅੱਛਾ ਜੀ ਅਤੇ ਹੁਣ ਤੁਹਾਨੂੰ ਜਿਹੜੇ ਤੁਸੀਂ ਦੇਖਿਆ ਉਸ ਟਾਈਮ ਆ ਕਿੰਨੇ ਕੁ ਦੋਸਤ ਤੁਹਾਡੇ ਨਾਲ ਖੇਡਦੇ ਹੁੰਦੇ ਸੀ ਇਕੱਠੇ ਅਸੀਂ ਕਈ ਘਰ ਕਈ ਵੇਖਿਆ ਅਤੇ ਉਹ ਮੁਸਲਮਾਨ ਕਾਫੀ ਸੀ ਉਹਨਾਂ 'ਚ ਮੁੰਡੇ ਅਤੇ ਉਹਨਾਂ ਦੋ ਚਾਰ ਦੇ ਨਾਮ ਤੁਹਾਡੇ ਯਾਦ ਆਉਣ ਕੁਮਿਹਾਰਾਂ ਦਾ ਨਹੀਂ ਯਾਦ ਜ਼ਿਆਦਾ ਨਹੀਂ ਉਹ ਜਿਹੜਾ ਹਾਨੀ ਸਿਰ ਦਾ ਮੁੰਡਾ ਖੇਡਦਾ ਸੀ ਉਹ ਜਾਨੂ ਦਾ ਉਹਦਾ ਨਾਂ ਯਾਦ ਆ ਗਿਆ ਜਾਨੂ ਦਾ ਨਹੀਂ ਜਾਨੂ ਦਾ ਤੇਲੀਆਂ ਦਾ ਮੁੰਡਾ ਸੀਗਾ ਤੇਲਾਂ ਦਾ ਮੁੰਡਾ ਸੀਗਾ ਉਹ ਤੁਸੀਂ ਇਕੱਠੇ ਖੇਡਦੇ ਰਹੇ ਹੋ ਹਾਂ ਅਤੇ ਹੋਰ ਕੋਈ ਉਸ ਸਮੇਂ ਦੀ ਕੋਈ ਤੁਸੀਂ ਯਾਦ ਸਾਂਝੀ ਕਰਨੀ ਹੋਵੇ ਹੋ ਵੀ ਹੋਰ ਜਾਂ ਕੋਈ ਸੁਨੇਹਾ ਦਿੰਦਾ ਦੇਣਾ ਚਾਹੁੰਦੇ ਹੋ ਵੀ ਕਿਹਾ ਜਾ ਉਹ ਇਦੂ ਬਾਅਦ ਇਹੋ ਜਿਹਾ ਵੀ ਮਾਹੌਲ ਨਾ ਬਣੇ ਤੁਸੀਂ ਤਾਂ ਦੇਖਿਆ ਉਦੋਂ 18-17 ਸਾਲ ਦੀ ਉਮਰ 'ਚ ਬਹੁਤ ਕੁਛ ਵੇਖਿਆ ਜੀ ਮੈਂ ਤੁਹਾਨੂੰ ਉਦੋਂ ਮਗਰੋਂ ਨਸ਼ਿਆਂ ਬਹੁਤ ਹੁਣ ਗੱਲਾਂ ਕਰਨ ਲੱਗ ਜਾਂਦੇ ਆ ਹਾਂਜੀ ਜਿਹੜੇ ਉਹ ਅਸੀਂ ਉਮਰ ਸੀ ਉਦੋਂ ਹਾਂਜੀ ਅਤੇ ਜਿਹੜੇ ਮੁੰਡੇ ਜ਼ਿਮੀਂਦਾਰਾਂ ਦੇ ਸੀ ਜਾਂ ਪੰਡਤਾਂ ਦੇ ਸੀਗੇ ਹਾਂਜੀ ਉਹ ਆਖਿਆ ਕਰਨ ਹੁਣ ਆ ਜਾਣਾ ਹੋ ਜਾ ਟਾਈਮ ਮੈਂ ਆਖਿਆ ਉੱਥੇ ਆਖਿਆ ਉੱਥੇ ਜੋੜਿਆ ਕਰਾਂਗੇ ਸਰਦਾਰ ਪਾਲ ਸਿੰਘ ਸਾਬਕਾ ਸਰਪੰਚ ਪਿੰਡ ਕਲਿਆਣ ਸੁੱਖਾ ਤੋਂ ਵੀ ਉਹ ਜਾਣਕਾਰੀ ਸੁਣੀ ਆ ਉਹ ਦਰਦ ਭਰੇ ਦਾਸਤਾਨ ਸੁਣੀ ਆ ਵੀ ਕਿਹੋ ਜਿਹਾ ਮਾਹੌਲ ਸੀ ਕਿਵੇਂ ਇਨਸਾਨੀਅਤ ਸ਼ਰਮਸਾਰ ਹੋਈ ਧੀਆਂ ਦੀਆਂ ਅੱਜ ਤਾਂ ਲੁੱਟੀਆਂ ਗਈਆਂ ਕਤਲ ਹੋਏ ਮਾਰ ਧਾੜ ਹੋਈ ਲੁੱਟਾਂ ਹੋਈਆਂ ਵੀ ਆਉਣ ਵਾਲੇ ਸਮੇਂ 'ਚ ਕਿਸੇ ਵੀ ਮੁਲਕ ਨੂੰ ਇਹੋ ਜਿਹਾ ਵਰਤਾਰ ਆਉਣ ਦੇਖਣ ਨੂੰ ਮਿਲੇ ਅਤੇ ਸੋ ਪੰਜਾਬੀ ਉਹ ਵੱਸਦੇ ਰਹੋ ਜਿੱਥੇ ਵੀ ਹੈਗੇ ਹਾਂ ਸਾਂਝ ਪੰਜਾਬ ਟੀ ਵੀ ਨਾਲ ਜੁੜੇ ਰਹੋ ਹੁਣ ਮੈਨੂੰ ਆਗਿਆ ਬਖਸ਼ੋ ਮੈਂ ਰਾਮ ਸਿੰਘ ਕਲਿਆਣ ਸਾਂਝ ਪੰਜਾਬ ਟੀ ਵੀ ਲਈ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।